हाँ जी सत श्री अकाल जी सारा नूं, मैं थोड़ा अपना कमलदीप कामा बेड़ो भैनो बजुर्गो जिहड़ी अज दी वीडियो असीं भैन दे नाल बना रहे हां स्पैशल अपनियां भैणां वास्ते पोस्ट प्रैगनेंसी जिहड़ी डिलीवरी है बच्चे दी डिलीवरी तो बाद नॉर्मल की हुंदा है भैणां दा बड़ा क्वेश्चन आंदा है बड़ियां पुछदियां कि उहनां दा जिहड़ा बॉडी है अनफिट हो जांदी है जां तां फैट च आ जांदी है जिहड़ी कोर है ਉਹ ਸਟਰੋਂਗ ਨਹੀਂ ਰਹਿੰਦੀ ਕਾਫੀ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਜਿਹਦੇ ਵਿੱਚ ਲੋਅਰ ਬੈਕ ਦੀ ਪ੍ਰੋਬਲਮ ਵੀ ਆਉਂਦੀ ਹੈ ਸੋ ਗੱਲ ਉਹੀ ਹੈ ਜਿਹੜੀ ਵੀ ਇੱਦਾਂ ਦੀ ਜਿਹੜੀ ਆਪਣੀ ਫਿਜ਼ੀਕਲ ਫਿਟਨੈਸ ਹੈ ਉਹਨੂੰ ਮੌਕੇ 'ਤੇ ਹੀ ਆਪਾਂ ਫਿੱਟ ਕਰ ਲਈਏ ਮੌਕੇ 'ਤੇ ਉਹਦਾ ਹੱਲ ਕੱਢ ਦਈਏ ਉਹ ਵਧੀਆ ਹੁੰਦਾ ਹੈ ਜਿਹੜਾ ਤਾਂ ਸਾਡੀਆਂ ਭੈਣਾਂ ਦੀ ਜਿਹੜੀ ਡਿਲੀਵਰੀ ਉਹ ਸੀ ਸੈਕਸ਼ਨ ਨਾਲ ਹੁੰਦੀ ਹੈ ਉਹਨਾਂ ਨੂੰ 8 ਵੀਕ ਦਾ ਗੈਪ ਪੈਣਾ ਮਤਲਬ 8 ਵੀਕ ਤੁਸੀਂ ਰੈਸਟ ਦੇਣੀ ਹੈ ਜਿਹੜੀ ਡਿਲੀਵਰੀ ਨਾਰਮਲ ਹੁੰਦੀ ਹੈ ਉਹ 2 ਤੋਂ 3 ਵੀਕ ਬਾਅਦ ਇਹ ਐਕਸਰਸਾਈਜ਼ ਉਹ ਭੈਣਾਂ ਸਾਡੀਆਂ ਸਟਾਰਟ ਕਰ ਸਕਦੀਆਂ ਜਿਹਦੇ ਨਾਲ ਕੀ ਹੈ ਸਰੀਰ ਵੀ ਤੰਦਰੁਸਤ ਰਹੂਗਾ ਫੈਟ ਵੀ ਨਹੀਂ ਮਚੂਗੀ ਅਤੇ ਨਾਲ ਨਾਲ ਜਿਹੜੀ ਕੋਰ ਹੈ ਉਹ ਵੀ ਸਟਰੋਂਗ ਹੋਊਗੀ ਅਤੇ ਲੋਅਰ ਬੈਕ ਵੀ ਸਟਰੋਂਗ ਹੋਊਗੀ ਮਤਲਬ ਕੀ ਹੈ ਈਵਨ ਤੁਸੀਂ ਆਪਣੇ ਬੱਚਿਆਂ ਦੀ ਦੇਖ ਰੇਖ ਵੀ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੀਆਂ ਨਾਲ ਨਾਲ ਆਪਣੀ ਵੀ ਕਰ ਸਕਦੀਆਂ ਸੋ ਕਰਨਾ ਕੀ ਹੈ ਅਸੀਂ ਤੁਹਾਨੂੰ 5 ਐਕਸਰਸਾਈਜ਼ਾਂ ਦੱਸਾਂਗੇ ਜਿਵੇਂ ਜਿਵੇਂ ਭੈਣ ਕਰੂਗੀ ਉਵੇਂ ਉਵੇਂ ਕਰਨਾ ਹੈ ਬਸ ਪੇਸ਼ੈਂਸ ਨਾਲ ਕਰਨੀ ਹੈ ਆਪਣੇ ਸਭ ਤੋਂ ਪਹਿਲਾਂ ਪੈਲਵਿਕ ਟਿਲਟ ਕਰਨੀ ਹੈ ਭਾਜੀ ਕੈਮਰਾਮੈਨ ਜੀ ਕੋਲ ਆ ਜਾਓ ਥੋੜ੍ਹਾ ਜਿਹਾ ਤੁਸੀਂ ਜਿਵੇਂ ਭੈਣ ਕਰੂਗੀ ਬਸ ਥੋੜ੍ਹਾ ਜਿਹਾ ਜਿਹੜਾ ਸਕੁਈਜ਼ ਕਰਨਾ ਹੈ ਆਪਣੇ ਪੇਟ ਨੂੰ ਅਤੇ 10 ਸੈਕਿੰਡ ਦਾ ਹੋਲਡ ਕਰਕੇ ਥੱਲੇ ਤੁਸੀਂ ਹੁਣ ਦੇਖਣਾ ਕਿ ਆਹ ਸੈਕਸ਼ਨ ਤੁਸੀਂ ਅਪਰ ਨੂੰ ਚੁੱਕਣਾ ਹੈ 10 ਸੈਕਿੰਡ ਹੋਲਡ ਕਰਨਾ ਹੈ ਸਕੁਈਜ਼ ਕਰਨਾ ਹੈ ਕੋਰ ਨੂੰ ਅਤੇ ਥੱਲੇ ਇਹਨੂੰ ਤੁਸੀਂ 12 ਤੋਂ 15 ਵਾਰ ਕਰਨਾ ਹੈ ਅਤੇ ਇਹਦੇ 5 ਵਾਰੀ ਰਿਪੀਟ ਕਰਾਂਗੇ ਉਹ ਮੈਂ ਦੱਸੂੰਗਾ ਕਿਵੇਂ ਕਰਨਾ ਹੈ ਉਸ ਤੋਂ ਬਾਅਦ ਪੈਲਵਿਕ ਬ੍ਰਿਜ ਤੁਸੀਂ ਚੱਕਣਾ ਹੈ 10 ਸੈਕਿੰਡ ਦਾ ਹੋਲਡ ਅਤੇ ਥੱਲੇ ਜ਼ਿਆਦਾ ਪ੍ਰੈਸ਼ਰ ਨਹੀਂ ਪੈਣ ਦੇਣਾ 10 ਸੈਕਿੰਡ ਹੋਲਡ ਅਤੇ ਥੱਲੇ ਉਸ ਤੋਂ ਬਾਅਦ ਹੀਲ ਸਲਾਈਡਸ ਬਿਲਕੁਲ ਸਹਿਜ ਨਾ ਕਰਨਾ ਹੈ ਕਾਹਲੀ ਨਹੀਂ ਮਚਾਉਣੀ ਇਹ ਤੁਹਾਨੂੰ ਦੇਖਣ ਨੂੰ ਸੌਖੀਆਂ ਲੱਗਦੀਆਂ ਐਕਸਰਸਾਈਜ਼ਾਂ ਪਰ ਪੂਰਾ ਇਹਦਾ ਪ੍ਰੈਸ਼ਰ ਪਏਗਾ ਕੋਰ ਦੇ ਉੱਤੇ ਅਤੇ ਬੈਲੀ ਫੈਟ 'ਤੇ ਇਹਦੇ ਵੀ ਤੁਸੀਂ 10 ਤੋਂ 15 ਇੱਕ ਸਾਈਡ ਖੱਬੇ ਕਰ ਲੈਣੇ ਆ 10 ਤੋਂ 15 ਇੱਕ ਸਾਈਡ ਕਰ ਲੈਣੇ ਆ ਇਹਦੇ ਤੋਂ ਬਾਅਦ ਮੋਡੀਫਾਈਡ 100 ਕਰੰਚਸ ਦੀ ਇੱਕ ਕਿਸਮ ਹੈ ਇਹ ਮੋਡੀਫਾਈਡ 100 ਆਹ ਦੇਖੋ ਸਿਰਫ ਤਾਂ ਸਿਰਫ ਕੋਰ ਨੂੰ ਟਾਈਟ ਰੱਖਣਾ ਲੱਤਾਂ ਨੂੰ ਟਾਈਟ ਰੱਖਣਾ ਲੋਅਰ ਬੈਕ ਨੂੰ ਟਾਈਟ ਰੱਖਣਾ ਅਤੇ ਸਿਰ ਤਾਂ ਲੈ ਕੇ ਜਾਣਾ ਅਤੇ ਥੱਲੇ ਲੈ ਕੇ ਜਾਣਾ ਬ੍ਰੀਥ ਇਨ ਬ੍ਰੀਥ ਆਊਟ ਬ੍ਰੀਥ ਇਨ ਬ੍ਰੀਥ ਆਊਟ ਜਦੋਂ ਵੀ ਇਹ ਐਕਸਰਸਾਈਜ਼ ਕਰਨੀ ਆ ਉਹਦੇ ਵਿੱਚ ਬ੍ਰੀਥ ਇਨ ਬ੍ਰੀਥ ਆਊਟ ਕਰਨੀ ਕਰਨੀ ਹੈ ਉਹਦੇ ਤੋਂ ਬਾਅਦ ਟਾਵਲ ਤੌਲੀ ਆਪਣੇ ਇੱਥੇ ਗੋਡਿਆਂ ਨਾਲ ਬੰਦ ਕਰ ਲੈਣਾ ਸੈੱਟ ਅਤੇ ਉਹਦੇ ਸਹਾਰੇ ਤੁਸੀਂ ਬਾਹਾਂ ਨੂੰ ਟਾਈਟ ਰੱਖਣਾ ਕੋਰ ਨੂੰ ਟਾਈਟ ਰੱਖਣਾ ਉੱਪਰ ਆਉਣਾ ਥੱਲੇ ਜਾਣਾ ਹੌਲੀ ਹੌਲੀ ਕਰਨਾ ਕਾਹਲੀ ਨਹੀਂ ਮਚਾਉਣੀ ਉੱਪਰ ਆਉਣਾ ਥੱਲੇ ਆਉਣਾ ਬ੍ਰੀਥ ਇਨ ਬ੍ਰੀਥ ਆਊਟ ਅਤੇ ਲਾਸਟ ਦੇ ਵਿੱਚ ਹੈਗੀ ਆ ਵਾਲ ਸਿੱਟ ਇਹ 6ਵੀਂ ਐਕਸਰਸਾਈਜ਼ ਆ ਵਾਲ ਸਿੱਟ ਆਪਣੀ ਕੋਰ ਨੂੰ ਟਾਈਟ ਰੱਖਣਾ 10 ਤੋਂ 15 ਸੈਕਿੰਡ ਦਾ ਹੋਲਡ ਕਰਨਾ ਹੈ ਵੈਸੇ ਸੋ ਆ ਜਿਹੜੀਆਂ ਵੀ ਐਕਸਰਸਾਈਜ਼ਾਂ ਕੀਤੀਆਂ ਆਪਾਂ ਜਿੱਦਾਂ ਵੀ ਕੀਤੀਆਂ ਮੈਂ ਜਿੰਨੇ ਇਹਨਾਂ ਦੇ ਰੈਪੀਟੀਸ਼ਨ ਦੱਸੇ ਆ ਜਿੰਨਾ ਸੈਕਿੰਡ ਦਾ ਹੋਲਡ ਦੱਸਿਆ ਇਹਨੂੰ ਤੁਸੀਂ 4 ਵਾਰੀ ਜਾਂ 5 ਵਾਰੀ ਰਿਪੀਟ ਕਰਨਾ ਮਤਲਬ ਪਹਿਲਾਂ ਇੱਕ ਕਰ ਲਈ ਫਿਰ ਦੂਜੀ ਕਰ ਲਈ ਫਿਰ ਤੀਜੀ ਕਰ ਲਈ 4 ਤੋਂ 5 ਵਾਰੀ ਇਹਨੂੰ ਤੁਸੀਂ ਰਿਪੀਟ ਕਰਨਾ ਮਤਲਬ 4 ਤੋਂ 5 ਵਾਰੀ ਇਹਨੂੰ ਤੁਸੀਂ ਰਿਪੀਟ ਕਰਨਾ ਘੁਮਾਉਣਾ ਹੈ ਬੇਸ਼ੱਕ ਸਟਾਰਟ 2 ਤੋਂ 3 ਵਾਰੀ ਤੋਂ ਕਰ ਲਓ ਹੌਲੀ ਹੌਲੀ ਉਹਨੂੰ ਤੁਸੀਂ ਵਧਾਈ ਜਾਓ ਨਾਲ ਆਪਣੇ ਖਾਣ ਪੀਣ ਦਾ ਖਿਆਲ ਜ਼ਰੂਰ ਰੱਖਣਾ ਹੈ ਜਿਹੜੀਆਂ ਜਿਹੜੀਆਂ ਚੀਜ਼ਾਂ ਤੋਂ ਪ੍ਰੋਟੀਨ ਮਿਲਦਾ ਫਾਈਬਰਸ ਮਿਲਦੇ ਆ ਸਮਾਰਟ ਫੈਟ ਮਿਲਦੀ ਹੈ ਉਹ ਚੀਜ਼ਾਂ ਤੁਸੀਂ ਜ਼ਰੂਰ ਸਟਾਰਟ ਕਰਨੀਆਂ ਕਿਉਂਕਿ ਦੇਖੋ ਜੇ ਤੁਹਾਡਾ ਖਾਣਾ ਪੀਣਾ ਵਧੀਆ ਖੁਰਾਕ ਵਧੀਆ ਤਾਂ ਤੁਹਾਡੀ ਬੋਡੀ ਨੇ ਰਿਸਪੋਂਸ ਬਹੁਤ ਵਧੀਆ ਦੇਣਾ ਮਤਲਬ ਤੁਹਾਡੀ ਜਿਹੜੀ ਰਿਕਵਰੀ ਹੈ ਬਹੁਤ ਛੇਤੀ ਹੋਏਗੀ ਸੋ ਭੈਣੋ ਇਹ ਜ਼ਰੂਰ ਸਟਾਰਟ ਕਰਨਾ ਦੇਖੋ ਤੁਹਾਡਾ ਸਰੀਰ ਵੀ ਤੰਦਰੁਸਤ ਰਹੂਗਾ ਅਤੇ ਤੁਹਾਡਾ ਜਿਹੜਾ ਕਹਿੰਦੇ ਪਰਿਵਾਰ ਵੀ ਤੰਦਰੁਸਤ ਹੋਊਗਾ ਤੁਸੀਂ ਬੱਚਿਆਂ ਦੀ ਜਿਹੜੀ ਦੇਖਭਾਲ ਉਹ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਸੋ ਮੇਰੇ ਵੱਲੋਂ ਭੈਣ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ